ਹਾਂਜੀ ਇਹ ਦੇਖ ਲਓ, ਇੱਥੇ ਅਲਟਰਾਸਾਊਂਡ ਵਾਲੀ ਆ ਜਗ੍ਹਾ ਦੇ ਉੱਤੇ। ਮੈਡਮ ਨੂੰ ਕਿੰਨੀ ਦੇਰ ਹੋ ਗਈ ਆ, ਅਤੇ ਆਪਾਂ ਹੁਣ ਇੱਥੇ ਖਲੋਤੇ ਹਾਂ ਅਤੇ ਦੇਖਦੇ ਹਾਂ ਮੈਡਮ ਕਿੰਨੀ ਦੇਰ ਨਹੀਂ ਆਉਂਦੀ। ਐਡੀ ਬਦਤਮੀਜ਼ੀ ਨਾਲ ਬੋਲਣ ਦੀ ਹੈ, ਅਤੇ ਬਾਹਰ ਨਿਕਲੋ ਇੰਝ ਦੀ ਇਹਨਾਂ ਦੀ ਭਾਸ਼ਾ ਹੈਗੀ ਹੈ ਪੇਸ਼ੈਂਟ ਨਾਲ। ਕੋਈ ਨਹੀਂ, ਵੇਖ ਵੇਖਣ ਦੇ ਕਿੰਨੀ ਦੇਰ ਨਹੀਂ ਆਉਂਦੀ, ਮਿਸਿੰਗ ਹੋਈ ਉਹਨੇ, ਉੱਠ ਕੇ ਗਏ ਨੇ ਇੱਥੋਂ, ਵੇਖਣ ਦਿਓ। ਬੰਦਾ ਚੱਲ ਜਾਂਦਾ, ਬੋਲੋ ਤੇ ਸਹੀ ਢੰਗ ਨਾਲ ਕਿਸੇ ਨਾਲ, ਢੰਗ ਨਾਲ ਤੇ ਬੋਲੋ ਕਿਸੇ ਨਾਲ। ਘੁੰਮਣ ਬੰਦਾ ਹੈਗਾ, ਜੀ ਗਾਉਂਦਾ ਜੀ ਘੁੰਮਦਾ, ਇਹ ਥੋੜਾ ਕਿ ਕੋਟਾ ਘੋੜਾ ਹੀ ਕੋਈ ਬਰਾਬਰ ਸਮਝਣਾ। ਬੰਦੇ ਦੀ ਇੱਜ਼ਤ ਮਾਣ ਹੁੰਦੀ ਹੈ, ਕਹਿੰਦਾ ਕੰਮ ਹੁੰਦੀ ਹੈ, ਸਟਾਰਟ ਹੁੰਦੀ। ਮੈਡਮ ਗਈ ਸੀ ਨਾ, ਤਾਂ ਦੂਜਾ ਸਟਾਫ ਬੈਠਾ ਸੀ ਨਾ, ਤੇ ਇਹਨਾਂ ਦਾ ਅੱਧਾ ਕੰਮ ਹੋਇਆ ਸੀ, ਤਾਂ ਕਹਿੰਦੇ ਸੀ ਰੋਕੀ ਵੇਟ ਕਰੋ, ਦੂਜਾ ਬੇਸਨ ਬਾਲ। ਇਹ ਸੀਨੀਅਰ ਹੈ ਨਾ, ਉਹ ਹੀ ਤਾਂ ਹੀ ਉਹਨਾਂ ਨੇ ਬਾਇਆ ਸੀ ਨਾ ਬਾਹਰ। ਉਹ ਜਿਹੜੀਆਂ ਆਉਂਦੀਆਂ ਨਾ ਮੈਡਮ, ਉਹ ਸਿੱਖਣ ਹੁੰਦੀਆਂ, ਆਹੋ ਮੈਡੀਕਲ ਹੀ ਆ ਨਾ, ਮੈਡੀਕਲ ਆ ਨਾ। ਤਾਂ ਫਿਰ ਇਹਨਾਂ ਦਾ ਅੱਧਾ ਕੰਮ ਹੋਇਆ ਸੀ, ਤਾਂ ਅੱਧਾ ਕਹਿੰਦੇ ਮੈਡਮ ਆਉਂਦੇ ਤਾਂ ਫਿਰ ਕਰਦੇ ਨੇ, ਤੁਸੀਂ ਬਾਹਰ ਬੈਠੋ, ਬਾਹਰ ਨੂੰ ਲਟਾਓ। ਤੁਸੀਂ ਪਹਿਲਾਂ ਵੀ ਆਏ ਹੋਣੇ, ਪਹਿਲਾਂ ਵੀ ਆਏ ਹੋਣੇ? ਨਹੀਂ ਨਹੀਂ ਪਹਿਲਾਂ ਨਹੀਂ। ਕੰਮ ਭੇਜਣ ਨਾ, ਨਹੀਂ ਆਉਂਦੇ ਬੈਡ ਨਾ, ਸਹੀ ਨਾ। ਨਾ ਕਰਨ ਤੁਹਾਡਾ ਪੇਸ਼ੈਂਟ ਬਾਹਰ, ਪੇਸ਼ੈਂਟ ਬਾਹਰ ਪਿਆ ਹੋਇਆ ਵਾ ਐਮਰਜੈਂਸੀ ਦੀ ਹਾਲਤ ਦੇ ਵਿੱਚ, ਅਤੇ ਇੱਥੋਂ ਮੈਡਮ ਚੱਲ ਗਈ ਹੈ। ਕਿੰਨੀ ਦੇਰ ਹੋ ਗਈ ਹੈ, ਹਾਲੇ ਤੱਕ ਆਈ ਨਹੀਂ ਮੈਡਮ। ਬਾਹਰ ਪੇਸ਼ੈਂਟ ਤੁਹਾਡਾ ਤੜਫਣ ਦਿਆ ਵਾ, ਆਹ ਦੇਖੋ ਬਾਹਰ ਪੇਸ਼ੈਂਟ ਕਦੋਂ ਦਾ ਪਿਆ ਹੋਇਆ ਵਾ, ਅਤੇ ਮੈਡਮ ਇੱਥੋਂ ਗੈਪ ਹੋਈ, ਅਤੇ ਬਾਕੀ ਸਾਰੇ ਵੀ ਇੱਥੇ ਆ ਕੇ ਖਲੋਤੇ ਹੋਏ ਨੇ, ਅਤੇ ਹਾਲੇ ਤੱਕ ਮੈਡਮ ਮਿਸਿੰਗ ਹੈਗੀ। ਇੱਥੋਂ ਉੱਠ ਕੇ ਗਏ ਨੇ ਬੜੇ ਤਰੀਕੇ ਨਾਲ, ਮੈਡਮ ਉੱਧਰ ਗਏ। ਕੋਈ ਨਹੀਂ, ਇੱਧਰ ਹੀ ਆਏਗੀ ਬੇਬੇ ਨਾਨਕੀ ਦੇ ਜਿਹੜੇ ਡਿਲੀਵਰੀਆਂ ਵਾਲੇ ਨਾ, ਚੈੱਕ ਅਪ ਕਰਾਉਂਦੇ ਡਿਲੀਵਰੀ ਵਾਲੇ, ਕੇਸ ਵੀ ਹੈਗੇ ਉੱਧਰ ਜਿਹੜਾ ਕੰਮ ਕਰਨ ਵਾਲਾ। ਉਹ ਬਾਕੀ ਵੀ ਪੇਸ਼ੈਂਟ ਵਿਚਾਰੇ ਬੈਠੇ ਆ, ਯਾਰ ਹੋਏ ਨਾ ਪਾਪਾ ਜੀ ਸਾਡੇ, ਵੇਖੋ ਵਿਚਾਰੇ ਬੈਠੇ ਨੇ, ਕੋਈ ਨਹੀਂ ਆ ਰਿਹਾ, ਕੋਈ ਗੱਲ ਨਹੀਂ ਮਾੜੀ ਕਰਨ। ਦੇਸੀ ਆਦਮੀ ਨੀ, ਇਹਨੇ ਬਹੁਤੇ ਹੀ ਹਲੇ ਤਨਖਾਹਾਂ ਲੈਂਦੇ ਨੇ, ਐਡੀ ਐਡੀਆਂ ਮੋਟੀਆਂ, ਫਿਰ ਫਿਰ ਇਹਨਾਂ ਨੂੰ ਪਤਾ ਨੀ ਕੀ। ਹਾਂ ਯਹਾਂ ਪੇ ਮੈਡਮ, ਉਹ ਕਹਿ ਕੇ ਯਹਾਂ ਸੇ ਦਫਾ ਹੋਇਆ ਸੀ, ਬਾਤ ਕੋਈ ਕਰਤਾ, ਨਿਕਲੋ ਇਨਕੋ ਨਿਕਾਲੋ, ਚਲੋ ਸ਼ੰਭੂ ਕੋ ਲਟਾਓ। ਯੇ ਕੈਸੀ ਬੋਲੀ ਉਨਕੀ ਪੇਸ਼ੈਂਟ ਕੇ ਸਾਥ, ਮੈਮ ਬਹੁਤ ਰਫ ਬੋਲਤੇ, ਥੋੜਾ ਪਿਆਰ ਸੇ ਬੋਲੋ, ਆਪਕਾ ਪਤਾ। ਚਲੋ ਬਾਹਰ ਨਿਕਲੋ, ਚਲੋ ਬਾਹਰ, ਇਹ ਕੀ ਬੋਲੋ ਉਨਕਾ, ਉਨਕੇ ਸਭੀ ਨੂੰ ਇੱਕੋ ਜਿਹਾ ਗਾਈਡ ਕਰੀਦਾ ਨਹੀਂ ਹੁੰਦਾ ਗਾਈਡ। ਮੈਂ
ਹੁਣ ਬਾਹਰ ਪੇਸ਼ੈਂਟ ਇੱਥੇ ਚੰਗਾ ਭਲਾ ਲੈ ਕਰਦੇ ਵੀ ਟ੍ਰੀਟਮੈਂਟ, ਅਤੇ ਇੰਨੀ ਗੱਲ ਕਹੀ ਹੈ ਕਿ ਆਪਣੇ ਆਪ ਹੀ ਗੁੱਸੇ ਜੁੜ ਕੇ, ਨਾ ਕਿਸੇ ਨੇ ਕੁਛ ਕਿਹਾ ਵਾ ਅਤੇ ਨਾ ਕਿਸੇ ਨੇ ਕੁਛ ਬੋਲਿਆ ਵਾ। ਨਹੀਂ ਇਹ ਮਰੀਜ਼ ਹੈ, ਬਾਹਰ ਮਰੀਜ਼ ਪਿਆ ਵਾ, ਇੱਕ ਹੋਰ ਬਾਹਰ ਹੈਗਾ ਵਾ, ਕੁਛ ਵੀ ਨਹੀਂ ਹੋਈ। ਇਹਨਾਂ ਦਾ ਸ਼ੰਭੂ ਆ, ਮੈਡਮ ਨੇ ਦੇਖਣਾ ਹੈ ਨਾ, ਮੈਡਮ ਨੇ ਦੇਖਣਾ। ਮੈਡਮ ਹੈ ਨੀ ਨਾ, ਕੋਈ ਨੀ। ਅਰੇ ਮੈਡਮ ਉਧਰ ਕਾਈ ਨਹੀਂ ਵਾਲਾ। ਨਹੀਂ ਮੈਡਮ, ਯਹਾਂ ਸੇ ਸਭੀ ਸੇ ਪੁੱਛ ਲੋ, ਗੁੱਸੇ ਮੇਂ ਉੱਠ ਕੇ ਗਏ ਹਾਂ ਯਹਾਂ ਸੇ, ਯਹਾਂ ਸੇ ਕਹਿ ਗਿਆ ਕਿ ਲੜ ਲੋ ਆਪ ਸਾਰੇ, ਹਮ ਜਾ ਰਹੇ ਹਾਂ। ਕਹਿੰਦੇ ਲੜੋ ਝਗੜੋ, ਲੜੇ ਕੀ ਬਾਤ ਵੀ ਨਹੀਂ ਕਿਸੇ ਨੇ ਯਹਾਂ ਪੇ ਕੀ, ਉਹ ਕਹਿ ਰਹੇ ਹਮ ਜਾ ਰਹੇ ਹਾਂ। ਦੋ ਮਰੀਜ਼ ਆ ਰਹੇ ਹਾਂ। ਹਾਂਜੀ, ਬਾਹਰ ਪੜੇ ਹਾਂ। ਮੈਮ ਹਮਾਰੇ ਮਰੀਜ਼ ਕਾ ਬੀਪੀ ਵੀ ਬਹੁਤ ਬੜਾ, ਬੀਪੀ ਬੜਾ ਹੁਆ, ਉਧਰ ਸੇ ਆਪਣਾ ਆਕਸੀਜਨ ਕੀ ਐਮਰਜੈਂਸੀ ਹੈ, ਸਭੀ ਜੇ ਨਹੀਂ ਨਾ ਦੇਖ ਰਹੇ, ਕੋਈ ਬਾਤ ਨਹੀਂ। ਸਾਰੇ ਗਵਾਹ ਹੈਗੇ ਨੇ ਇੱਥੇ, ਕਿਸ ਤਰ੍ਹਾਂ ਗਏ ਨੇ ਉੱਠ ਕੇ, ਕੰਮ ਦੇ ਥਰੂ ਨਹੀਂ ਗਏ। ਨਹੀਂ ਨਹੀਂ ਹਮਨੇ ਤੋ ਹੱਥ ਵੀ ਨਹੀਂ ਲਗਾਇਆ, ਹਮਨੇ ਕੋ ਟੱਚ ਵੀ ਨਹੀਂ ਕੀਆ, ਟੱਚ ਵੀ ਵੋ ਉਹਨੇ ਕੀਆ ਉਨਕੇ ਲਈ, ਪੇਸ਼ੈਂਟ ਕੇ ਲਈ, ਹਮਨੇ ਨਹੀਂ ਕਿਸੀ ਕਾ ਹੱਥ ਲਗਾਇਆ ਸਮਾਨ। ਆਪਕੋ ਇਤਨੀ 200 ਰੁਪਏ ਕੇ ਬਲੋਰ ਕੇ ਇਤਨੀ ਚਿੰਤਾ, ਜੋ ਹਮਾਰਾ ਪੇਸ਼ੈਂਟ ਲੱਖੋ ਕਰੋੜੋ ਕਾ, ਵੋ ਉਸਕੀ ਨਹੀਂ ਕਿਸੀ ਕੋ ਟੈਨਸ਼ਨ। 200 ਰੁਪਏ ਕੀ ਬਾਤ ਨਹੀਂ ਹੈ, ਨਹੀਂ ਆਪਕੋ ਵੋ ਟੈਨਸ਼ਨ ਹੈ। ਹਾਂ ਹਾਂ, ਨਹੀਂ ਬਤਾ ਰਹਾ ਹੂੰ ਆਪਕੋ, ਕਿਸੇ ਕੇ ਪੇਸ਼ੈਂਟ ਕੀ ਜਾਨ ਕੀ ਨਹੀਂ ਫਿਕਰ, 200 ਰੁਪਏ ਕੇ ਬਲੋਰ ਕੀ ਚਿੰਤਾ ਕਿਤਨੀ, ਕਿ ਵੋ ਨਾ ਖਰਾਬ ਹੋ ਜਾਏ। ਕਿਉਂ ਨਹੀਂ ਫਿਕਰ, ਵਾਵੇ ਜੇ ਅੱਛੀ ਬਾਤ ਹੈ, ਬੜੀਆ। ਆਪਣਾ ਪੜਾ ਹੋ ਨਾ ਪੇਸ਼ੈਂਟ, ਫਿਰ ਪਤਾ ਹੋਤਾ ਕੈਸੇ ਹੋਤਾ, ਕਿਸੀ ਕੋ ਠੰਡ ਲੱਗ ਰਹੀ ਉਹ ਤੋਂ ਕਿਆ ਹੋ ਗਿਆ ਉਹਨਾਂ ਨੇ, ਅਗਰ ਆਪਾਂ ਕਾ ਯੂਜ਼ ਕਰ ਹੀ ਲਿਆ। ਚਲੋ ਵੋ ਬਾਤ ਗਲਤ ਹੈ, ਜੋ ਗਲਤ ਹੈ ਸੋ ਗਲਤ ਹੈ। ਨਹੀਂ ਉਨਕੋ ਅਬ ਠੰਡ, ਚਲੋ ਬਾਤ ਕਰ ਲੋ, ਗੱਲ ਕਰ ਲੋ। ਉਹਨੂੰ ਅੱਗੇ ਬਾਈ ਡਾਕਟਰ, ਫਿਰ ਮਾਫੀਆਂ, ਫਿਰ ਮਾਫੀਆਂ ਮੰਗਦੇ ਨੇ ਉਹਨੂੰ, ਕਹ ਐਮਰਜੈਂਸੀ ਦੇ ਵਿੱਚ ਹੈਗੀ ਹੈ ਲੋੜ। ਹਾਂਜੀ ਹਮ ਤੋ ਦਿਖਾਣਾ ਹੀ ਹੈ। ਅਭੀ ਹਮ ਮਰੀਜ਼ ਦੇਖ ਰਹੇ ਹੋ, ਪਰਦਾ ਸੋ ਬੇਟਾ।